ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਦੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਰੋਜ਼ ਤੁਹਾਡਾ ਇੱਕ ਕਮੈਂਟ ਚੁੱਕਦੇ ਹਾਂ ਅਤੇ ਉਸ ਕਮੈਂਟ ਵਿੱਚ ਤੁਹਾਡੀ ਜਿਹੜੀ ਪਰੇਸ਼ਾਨੀ ਹੁੰਦੀ ਹੈ ਉਸਦਾ ਉਪਾਅ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਅੱਜ ਕਿਹੜਾ ਕਮੈਂਟ ਹੈ ਅਤੇ ਉਹਦੇ ਵਿੱਚ ਕੀ ਪਰੇਸ਼ਾਨੀ ਹੈ ਉਹ ਦੱਸਣ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਬਹੁਤ ਸਾਰੇ ਕਮੈਂਟਸ ਆ ਰਹੇ ਹਨ ਕਿ ਤੁਸੀਂ ਬਹੁਤ ਚੰਗਾ ਕੰਮ ਸ਼ੁਰੂ ਕੀਤਾ ਹੈ, ਤਾਂ ਪਲੀਜ਼ ਸਾਡੇ ਕਮੈਂਟਸ ਦੇ ਉੱਪਰ ਵੀ ਵੀਡੀਓ ਬਣਾਓ, ਸਾਡੇ ਕਮੈਂਟਸ ਵਿੱਚ ਜਿਹੜੀ ਪ੍ਰੋਬਲਮ ਹੈ ਉਸਦੇ ਉੱਤੇ ਵੀ ਵੀਡੀਓ ਬਣਾਓ। ਤਾਂ ਦੇਖੋ ਜੀ, ਇੱਕ ਇੱਕ ਕਰਕੇ ਮੈਂ ਸਭ ਦੇ ਕਮੈਂਟਸ ਦੇ ਵੀਡੀਓ ਬਣਾਵਾਂਗੀ, ਤੁਹਾਡੀ ਸਾਰੀਆਂ ਪਰੇਸ਼ਾਨੀਆਂ ਦਾ ਮੈਂ ਉਪਾਅ ਦੱਸਾਂਗੀ, ਪਰ ਥੋੜ੍ਹਾ ਜਿਹਾ ਪੇਸ਼ੈਂਸ ਰੱਖਣਾ ਪਏਗਾ ਅਤੇ ਮੇਰੇ 'ਤੇ ਵਿਸ਼ਵਾਸ ਰੱਖੋ, ਸਭ ਦੇ ਕਮੈਂਟਸ 'ਤੇ ਮੈਂ ਉਪਾਅ ਦੱਸਾਂਗੀ। ਅਤੇ ਚਲੋ ਜੀ, ਹੁਣ ਸਭ ਤੋਂ ਪਹਿਲੇ ਅੱਜ ਦਾ ਜਿਹੜਾ ਕਮੈਂਟ ਹੈ ਉਹ ਮੈਂ ਤੁਹਾਨੂੰ ਆਪਣੀ ਵੀਡੀਓ ਦੀ ਸਕਰੀਨ 'ਤੇ ਦਿਖਾ ਦਿੰਦੀ ਹਾਂ। ਉਹ ਕਿਹੜੀ ਪਰੇਸ਼ਾਨੀ ਦੱਸ ਰਹੇ ਹਨ ਉਹ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦੀ ਹਾਂ। ਸਭ ਤੋਂ ਪਹਿਲੇ ਤਾਂ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਦੀਦੀ, ਤੁਹਾਡਾ ਸਮਝਾਉਣਾ ਅਤੇ ਆਵਾਜ਼ ਬਹੁਤ ਹੀ ਪਿਆਰੀ ਹੈ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ। ਥੈਂਕ ਯੂ ਸੋ ਮਚ ਜੀ। ਬਸ ਇਸੀ ਤਰ੍ਹਾਂ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ, ਤੁਹਾਡਾ ਪਿਆਰ ਚਾਹੀਦਾ ਹੈ। ਇਸੀ ਤਰ੍ਹਾਂ ਆਪਣਾ ਪਿਆਰ ਮੇਰੇ ਉੱਤੇ ਔਰ ਮੇਰੇ ਚੈਨਲ ਦੇ, ਮੇਰਾ ਚੈਨਲ ਨਹੀਂ ਹੈ, ਸਾਡੇ ਸਾਰਿਆਂ ਦਾ ਚੈਨਲ ਹੈ, ਬਣਾਈ ਰੱਖਣਾ। ਹੁਣ ਅਸੀਂ ਇੱਕ ਫੈਮਿਲੀ ਬਣ ਗਏ ਹਾਂ ਜੀ। ਬਹੁਤ 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 ਦਿਲੋਂ ਧੰਨਵਾਦ ਹੈ ਜੀ। ਓਕੇ ਜੀ, ਨੀਂਦ ਨਹੀਂ ਆਉਂਦੀ, ਟੈਂਸ਼ਨ ਜ਼ਿਆਦਾ ਰਹਿੰਦੀ ਹੈ। ਬੈੱਡ ਕਿਹੜੀ ਦੀਵਾਰ ਤੇ ਲਗਾਉਣਾ ਚਾਹੀਦਾ ਹੈ? ਰਸੋਈ ਦੇ ਵਾਸਤੂ ਬਾਰੇ ਵੀਡੀਓ ਬਣਾਉਣਾ ਬਹੁਤ ਧੰਨਵਾਦ ਹੋਏਗਾ ਜੀ। ਓਕੇ ਜੀ, ਰਸੋਈ ਦੇ ਵਾਸਤੂ ਦੇ ਉੱਤੇ ਤਾਂ ਅਸੀਂ ਜ਼ਰੂਰ ਵੀਡੀਓ ਬਣਾਵਾਂਗੇ, ਥੋੜ੍ਹਾ ਬਿਜ਼ੀ ਸ਼ੈਡਿਊਲ ਚੱਲ ਰਿਹਾ ਹੈ, ਜ਼ਰੂਰ ਵੀਡੀਓ ਬਣਾਵਾਂਗੇ। ਉਸ ਤੋਂ ਇਲਾਵਾ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ, ਤੁਹਾਡੀ ਪ੍ਰੋਬਲਮ ਹੈ, ਅਤੇ ਬੈੱਡ ਕਿਹੜੀ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਜਿਸ ਦੇ ਨਾਲ ਨੀਂਦ ਆਵੇ, ਤਾਂ ਅਸੀਂ ਤੁਹਾਡੇ ਵਾਸਤੇ ਬੜਾ ਹੀ ਅਚੂਕ ਤੇ ਸਾਤਵਿਕ ਉਪਾਅ ਲੈ ਕੇ ਆਏ ਹਾਂ, ਜਿਸ ਦੇ ਨਾਲ ਤੁਹਾਨੂੰ ਬੜੀ ਹੀ ਪਿਆਰੀ ਨੀਂਦ ਆਏਗੀ। ਹੋਰ ਵੀ ਜਿਨ੍ਹਾਂ ਦੀ ਇਹ ਪ੍ਰੋਬਲਮ ਹੈ, ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਟੈਂਸ਼ਨ ਰਹਿੰਦੀ ਹੈ, ਉਹ ਲੋਕ ਵੀ ਇਹ ਉਪਾਅ ਕਰ ਸਕਦੇ ਹਨ। ਕਰਨਾ ਕੀ ਹੈ? ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦੋ। 400 ਗ੍ਰਾਮ ਜੌ ਲੈਣੇ ਹਨ, ਠੀਕ ਹੈ। ਉਸ ਨੂੰ ਲਾਲ ਕੱਪੜੇ ਵਿੱਚ, ਲਾਲ ਕੱਪੜਾ ਕੋਟਨ ਦਾ ਹੋਣਾ ਚਾਹੀਦਾ, ਯਾਨੀ ਕਿ ਸੂਤੀ ਕੱਪੜਾ ਹੋਣਾ ਚਾਹੀਦਾ ਹੈ, ਉਸ ਦੀ ਇੱਕ ਪੋਟਲੀ ਜੀ ਬਣਾ ਲਓ ਤੇ ਉਸ ਪੋਟਲੀ ਨੂੰ ਤੁਸੀਂ ਰੋਜ਼ ਸੌਣ ਵੇਲੇ ਆਪਣੇ ਸਰਾਣੇ ਦੇ ਥੱਲੇ ਰੱਖੋ। ਇਸ ਨਾਲ ਤੁਹਾਡੀ ਜਿਹੜੀ ਨੀਂਦ ਨਾ ਆਉਣ ਦੀ ਪ੍ਰੋਬਲਮ ਹੈ ਉਹ ਵੀ ਦੂਰ ਹੋ ਜਾਏਗੀ। ਜੇਕਰ ਤੁਹਾਨੂੰ ਭੈੜੇ ਸੁਪਨੇ ਆਉਂਦੇ ਹਨ ਉਹ ਵੀ ਤੁਹਾਡੇ ਦੂਰ ਹੋ ਜਾਣਗੇ, ਠੀਕ ਹੈ ਜੀ। ਹੁਣ ਤੁਸੀਂ ਅੱਗੇ ਪੁੱਛਿਆ ਹੈ ਕਿ ਬੈੱਡ ਕਿਹੜੀ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ? ਦੇਖੋ, ਜੋ ਬੈੱਡ ਹੈ ਨਾ ਉਹ ਦੱਖਣ ਪੱਛਮ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ, ਯਾਨੀ ਕਿ ਸਾਊਥ ਵੈਸਟ ਵਿੱਚ ਹੋਣਾ ਚਾਹੀਦਾ ਹੈ। ਇਸ ਦੇ ਨਾਲ ਤੁਹਾਨੂੰ ਨੀਂਦ ਵੀ ਵਧੀਆ ਆਏਗੀ। ਤੇ ਜਿਹੜਾ ਸਿਰ ਹੈ, ਜੋ ਅਸੀਂ ਆਪਣਾ ਸੌਣ ਵੇਲੇ ਸਿਰ ਕਿਹੜੀ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ, ਉਹ ਤੁਹਾਨੂੰ ਜਾਂ ਤਾਂ ਦੱਖਣ ਦਿਸ਼ਾ ਵਿੱਚ ਰੱਖੋ, ਯਾਨੀ ਕਿ ਸਾਊਥ, ਜਾਂ ਫਿਰ ਪੂਰਬ ਦਿਸ਼ਾ ਵਿੱਚ, ਯਾਨੀ ਕਿ ਈਸਟ ਵਿੱਚ। ਉੱਤਰ ਦਿਸ਼ਾ ਵਿੱਚ, ਨੌਰਥ ਵਿੱਚ ਤਾਂ ਕਦੀ ਵੀ ਸਾਨੂੰ ਸਿਰ ਰੱਖ ਕੇ ਨਹੀਂ ਸੋਣਾ ਚਾਹੀਦਾ, ਉਸ ਦੇ ਨਾਲ ਬਹੁਤ ਹੀ ਜ਼ਿਆਦਾ ਨੈਗੇਟਿਵਿਟੀ ਤੁਹਾਡੇ ਸਿਰ ਵਿੱਚ ਆਉਂਦੀ ਹੈ, ਪੈੜੇ ਪੈੜੇ ਸੁਪਨੇ ਆਉਂਦੇ ਹਨ। ਤਾਂ ਦੇਖੋ ਜੀ, ਇਹ ਜੋ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਸੀ ਉਸਦਾ ਮੈਂ ਤੁਹਾਨੂੰ ਉਪਾਅ ਤੇ ਤੁਹਾਡੇ ਕੁਐਸਚਨ ਦਾ ਜਵਾਬ ਦਿੱਤਾ ਹੈ। ਆਸ਼ਾ ਹੈ ਕਿ ਤੁਹਾਨੂੰ ਪਸੰਦ ਆਇਆ ਹੋਏਗਾ, ਤੇ ਚਲੋ ਜੀ, ਵਿਸ਼ਵਾਸ ਦੇ ਨਾਲ ਜੋ ਮੈਂ ਦੱਸਿਆ ਹੈ ਜ਼ਰੂਰ ਕਰ ਲੈਣਾ। ਤੇ ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੇ ਦਿਨ ਤੁਹਾਡਾ ਇੱਕ ਨਵਾਂ ਕਮੈਂਟ ਤੇ ਨਵਾਂ ਉਪਾਅ ਲੈ ਕੇ ਜੀ।